ਰੈਂਟ ਕਿ 1.5 ਲੱਖ ਰੁਪਏ ਕਹਿੰਦੇ ਸਾਂ ਤੇ ਅਗਲੇ ਦਿਨ ਉਹਦੀ ਆਪਣੀ ਕਾਲ ਆਈ ਹੈ ਤਫਤਾਨ ਬਾਰਡਰ ਤੋਂ ਉੱਥੋਂ ਅਸੀਂ ਨਿਕਲ ਜਾਾਂਗੇ ਕਿ ਕੋਈ ਨਹੀਂ ਰਿਪੋਰਟ ਆਈ ਨਾ ਕੋਈ ਕਾਲ ਨਾ ਕੋਈ ਰਿਪੋਰਟ ਆਈ कोई बाप के बुढ़ापे की लाठी था, कोई बहन का सहारा था, कोई चूल्हे की ठंडी आंच को गरमाने की हसरत में था। एक दो नहीं 15 लोग आंखों में खुशहाली के सपने सजाए घरों से निकले थे, लेकिन इंसानी स्मगलिंग का मकरू धंधा करने वालों ने सबको मौत की घाटियों में धकेल दिया। ख्वाहिशात, अरमान, ख्वाब सब सिसक सिसक कर दम तोड़ गए, साथ दफन हो गए। सुहाने मुस्तकबिल के सपने देखने वालों की जिंदगियों से खेलने वाले इंसान नुमा भेड़ियों ने अपने शिकार पर यूरोप की तसव्वुराती जन्नत का नक्शा ऐसा खींचा कि वो उसके हुसूल के लिए जहन्नुम का रास्ता अख्तियार करने पर भी मजबूर हो गया। वजीराबाद, मंडी बहाउद्दीन, मलकवाल, वाहकेंट, सियालकोट और गुजरात से निकलने वाले एजेंट के हत्थे ऐसे चढ़े कि बलूचिस्तान के इलाके तुर्बत से बेजान लाशों की सूरत वापस आए। जो घर वापसी पर इंतजार की मूरत बने बैठे थे उनकी आंखें पथरा गईं। ਜੰਟ ਕਿ 1.5 ਲੱਖ ਰੁਪਏ ਕਹਿੰਦੇ ਸਾਂ ਤੇ ਅਗਲੇ ਦਿਨ ਉਹਦੀ ਆਪਣੀ ਕਾਲ ਆਈ ਹੈ ਤਫਤਾਨ ਬਾਰਡਰ ਤੋਂ, ਉੱਥੋਂ ਅਸੀਂ ਨਿਕਲ ਜਾਾਂਗੇ ਕਿ ਕੋਈ ਨਹੀਂ ਰਿਪੋਰਟ ਆਈ ਨਾ ਕੋਈ ਕਾਲ ਨਾ ਕੋਈ ਰਿਪੋਰਟ ਆਈ। ਗੈਰ ਕਾਨੂੰਨੀ ਤਰੀਕੇ ਸੇ ਤਫਤਾਨ ਕੇ ਰਾਸਤੇ ਈਰਾਨ ਜਾਣੇ ਵਾਲੇ ਖੁਸਦਾਰ, ਮਸਤੂੰਗ, ਚਾਗੀ ਔਰ ਨੋਸ਼ਕੀ ਕਾ ਰਸਤਾ ਅਖਤਿਆਰ ਕਰਤੇ ਹੈ। ਇੱਜ਼ਤ ਸੇ ਦੋ ਵਕਤ ਕੀ ਰੋਟੀ ਕਮਾਨੇ ਕੀ ਆਰਜ਼ੂ ਕੀ ਕੀਮਤ 1.5 ਸੇ 2 ਲੱਖ ਰੁਪਏ ਲਗਾਈ ਜਾਤੀ ਹੈ। ਜੰਗਲੋਂ, ਵੀਰਾਨੋਂ, ਸੰਗਲਾਖ, ਪਹਾੜੀ ਘਾਟੀਓਂ ਪਰ ਦਰ ਦਰ ਕੀ ਠੋਕਰੇ ਮੁਕੱਦਰ ਬਨਤੀ ਹੈ। ਜੋ ਜ਼ਿੰਦਗੀ ਕੀ ਬਾਜ਼ੀ ਹਾਰ ਜਾਏ ਉਸੇ ਵਹੀਂ ਕਿਸੀ ਵੀਰਾਨੇ ਮੇਂ ਜੰਗਲੀ ਜਾਨਵਰੋਂ ਕੀ ਨਜ਼ਰ ਕਰ ਦਿਆ ਜਾਤਾ ਹੈ। ਇਸ ਵਾਕਏ ਮੇਂ ਤੋ 15 ਲੋਗੋਂ ਕੇ ਸਾਥ 15 ਖਾਨਦਾਨ ਉਜੜ ਗਏ, ਲੇਕਿਨ ਇਨਸਾਨੀ ਸਮਗਲਰੋਂ ਕੇ ਮੂੰਹ ਕੋ ਲਗਾ ਖੂਨ ਖੁਸ਼ਕ ਨਹੀਂ ਹੁਆ। ਯੇ ਮਕਰੂ ਧੰਦਾ ਅਬ ਵੀ ਜਾਰੀ ਹੈ। ਸਬਜ਼ ਬਾਗ ਦਿਖਾ ਕਰ ਲਹੂ ਕੀ ਸੁਰਖੀ ਕਾ ਸੌਦਾ ਕਰਨੇ ਵਾਲੇ ਕਬ ਇਨਸਾਫ ਕੇ ਕਟਹਿਰੇ ਮੇਂ ਆਏਂਗੇ, ਇਸ ਕਾ ਜਵਾਬ ਸ਼ਾਇਦ ਕਿਸੀ ਕੇ ਪਾਸ ਨਹੀਂ।